ਸਾਧ ਸੰਗਤ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਦੇ ਸ਼ੁੱਧੀ ਔਰ ਪਵਿੱਤਰਤਾ ਅਤੇ ਸ਼ਾਂਤੀ ਦੇ ਜਰਨ ਪ੍ਰਵੇਸ਼ ਕਰ ਜਾਂਦੇ ਹਨ। ਜਿਵੇਂ ਡਾਕਟਰ ਲੋਕ ਮੰਨਦੇ ਹਨ ਜਿਸ ਮਕਾਨ ਜਾਂ ਕਿਸੇ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਕੁਛ ਦੇਰ ਵਾਸਤੇ ਰਹਿ ਜਾਵੇ ਉੱਥੇ 8-10 ਦਿਨ ਵਾਸਤੇ ਉਹਦੇ ਜਰਮ ਛੱਡ ਜਾਂਦਾ। ਕਿਸੇ ਹੋਰ ਮਕਾਨ ਜਾਂ ਕਮਰੇ ਵਿੱਚ ਕੋਈ ਟਾਈਫਾਈਡ ਦਾ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ ਉੱਥੇ ਲੋਕ ਮੰਨਦੇ ਹਨ, ਡਾਕਟਰ ਲੋਕ ਮੰਨਦੇ ਹਨ ਬਈ ਤਕਰੀਬਨ 2 ਹਫ਼ਤੇ ਵਾਸਤੇ ਉਸਦੇ ਕਿਰਮ ਰਹਿ ਜਾਂਦੇ ਹਨ। ਕਿਸੇ ਹੋਰ ਸਥਾਨ ਜਾਂ ਕਮਰੇ ਵਿੱਚ ਕੋਈ TB ਦਾ ਤਪਦਿਕ ਦਾ ਮਰੀਜ਼ ਰਹਿ ਜਾਏ ਉੱਥੇ 6 ਮਹੀਨੇ ਵਾਸਤੇ ਉਹਦੇ ਜਰਮਜ਼ ਰਹਿ ਜਾਂਦੇ ਹਨ। ਜੇ ਕੋਈ ਤੰਦਰੁਸਤ ਆਦਮੀ ਉੱਥੇ ਨਿਵਾਸ ਕਰੇ, ਰਿਹਾਇਸ਼ ਕਰੇ, ਉਸਨੂੰ ਉਹ ਬਿਮਾਰੀ ਲੱਗ ਜਾਣ ਦਾ ਖਤਰਾ ਹੋਇਆ ਕਰਦਾ। ਜਦੋਂ ਦੁਨਿਆਵੀ ਬਿਮਾਰੀਆਂ ਦੀ ਬਾਬਤ ਇਹ ਹਾਲ ਹੈ, ਉਹਨਾਂ ਦੇ ਜਰਮ ਹਾਲਾਂਕਿ ਦੀਂਦੇ ਨਹੀਂ, ਅਤਿ ਸੂਖਮ ਹਨ, ਪਰ ਉੱਥੇ ਰਹਿਣ ਵਾਲਿਆਂ 'ਤੇ ਕਿਤਨਾ ਗਹਿਰਾ ਅਸਰ ਕਰਨ ਨੂੰ ਸਮਰੱਥ ਹਨ। ਇਸੇ ਤਰ੍ਹਾਂ ਹੀ ਵਾਹਿਗੁਰੂ ਅੰਤਰਯਾਮੀ ਦੀ ਭਜਨ ਕਰਨ ਵਾਲਾ ਪੁਰਸ਼ ਜੋ ਇੱਕ ਮਨ ਹੋ ਕੇ, ਸ਼ਾਂਤ ਚਿੱਤ ਹੋ ਕੇ ਵਾਹਿਗੁਰੂ ਦਾ ਭਜਨ ਕਰਦਾ ਹੈ ਕਿ ਉਸ ਥਾਂ ਦੇ ਵਿੱਚ ਉਸਦੇ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਰਮ ਨਿਵਾਸ ਕਰਨਗੇ ਕਿ ਨਾ ਕਰਨਗੇ? ਜ਼ਰੂਰ ਹੀ ਕਰਨਗੇ। ਇਹ ਦੱਸਿਆ ਹੈ ਜਿੱਥੇ ਇੱਕ ਮਨ ਹੋ ਕੇ ਕੁਛ ਦੇਰ ਕੋਈ ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਦਾ ਭਜਨ ਕਰ ਜਾਏ ਉੱਥੇ 100 ਸਾਲ ਵਾਸਤੇ ਸ਼ੁੱਧੀ ਔਰ ਸ਼ਾਂਤੀ ਦੇ ਜਰਮ ਦੇ ਨਿਵਾਸ ਕਰ ਜਾਂਦੇ ਹਨ।